ਇਸ ਸਮੇਂ ਮੈਂ ਚੰਡੀਗੜ੍ਹ ਸੈਕਟਰ 26 ਦੀ ਗ੍ਰੀਨ ਮਾਰਕੀਟ ਦੇ ਵਿੱਚ ਖੜ੍ਹਾ। ਇੱਥੇ ਸਬਜ਼ੀ ਮੰਡੀ ਕੀ ਹੈ ਹੋਲਸੇਲ ਦੀ, ਅਤੇ ਇਸ ਮਾਰਕੀਟ ਦੇ ਵਿੱਚ ਇਸ ਸਮੇਂ ਮੈਂ ਖੜ੍ਹਾ। ਅਤੇ ਚੰਡੀਗੜ੍ਹ 'ਚ ਸਬਜ਼ੀਆਂ, ਫਲ, ਦੁੱਧ ਕਿਸ ਤਰੀਕੇ ਨਾਲ ਪਹੁੰਚ ਰਿਹਾ ਉਹ ਤੁਹਾਨੂੰ ਸਾਰੀ ਤਸਵੀਰ ਦਿਖਾਊਂਗਾ। ਕਿੰਨੀਆਂ ਕੁ ਬੱਸਾਂ, ਸਿਟੀ ਬੱਸਾਂ ਲਗਾਈਆਂ ਗਈਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਉਹ ਵੀ ਤਸਵੀਰ ਦਿਖਾਊਂਗਾ। ਮੈਂ ਇੱਕ ਵਾਰੀ ਤੁਹਾਨੂੰ ਜੋ ਮੇਰੇ ਪਿੱਛੇ ਖੜ੍ਹੀ ਹੈ ਬੱਸ ਦਿਖਾ ਦਿੰਦਾ, ਜਿੱਥੇ ਜਿਸ ਵਿੱਚ ਕਿ ਸਬਜ਼ੀਆਂ ਫਲ ਲੱਦ ਕੇ ਸ਼ਹਿਰ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਜਾਂਦੀ ਹੈ ਇਹ ਬੱਸ। ਅਤੇ ਜੋ ਉਹ ਇਸ ਬੱਸ ਦੇ ਵਿੱਚ ਬੈਠਦੇ ਨੇ, ਸਬਜ਼ੀਆਂ ਆਪਣੀਆਂ ਵੇਚਦੇ ਨੇ ਅਲੱਗ ਅਲੱਗ ਜਗ੍ਹਾ ਦੇ ਵਿੱਚ, ਅਲੱਗ ਅਲੱਗ ਸੈਕਟਰਾਂ ਦੇ ਵਿੱਚ ਜੋ ਇਹ ਸਬਜ਼ੀ ਭੇਜੀ ਜਾਂਦੀ ਹੈ ਅਤੇ ਵੇਚੀ ਜਾਂਦੀ ਆ। ਤਾਂ ਇਹ ਜਿਹੜੀ ਤਸਵੀਰ ਹੈਗੀ ਆ ਉਹ ਚੰਡੀਗੜ੍ਹ ਸੈਕਟਰ 26 ਗ੍ਰੀਨ ਮਾਰਕੀਟ ਦੀ ਆ। ਅਤੇ ਇੱਥੇ ਜੋ ਸਬਜ਼ੀ ਵੇਚਦੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਬਜ਼ੀ ਇਹ ਵੇਚਦੇ ਆ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਰੋਹਿਤ ਕੁਮਾਰ ਹੈ ਜੀ। ਆਪਣਾ ਸਭ ਤੋਂ ਪਹਿਲਾਂ ਲਾਈਸੈਂਸ ਦਿਖਾਓ ਜੋ ਤੁਹਾਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਬਣਾ ਕੇ ਦਿਖਾਇਆ ਦਿੱਤਾ ਤਾਂ ਕਿ ਤੁਸੀਂ ਸਬਜ਼ੀ ਵੇਚ ਸਕੋ। ਇਹ ਤੁਹਾਡਾ ਨਾਮ ਹੈ ਗੁੱਡੂ ਵੈਂਡਰ, ਹੈ ਨਾ, ਸੈਕਟਰ 4 ਚੰਡੀਗੜ੍ਹ। ਤੁਹਾਡਾ ਐਡਰੈਸ ਪੂਰਾ ਦਿੱਤਾ ਗਿਆ, ਤੁਸੀਂ ਆਥੋਰਾਈਜ਼ਡ ਹੋ ਸਬਜ਼ੀ ਵੇਚਣ ਦੇ। ਕਿਸ ਤਰੀਕੇ ਨਾਲ ਵੇਚਦੇ, ਕਿਹੜੇ ਕਿਹੜੇ ਸੈਕਟਰ 'ਚ ਜਾਂਦੇ? ਸਰ ਮੈਂ ਜਿੱਥੇ ਹਮਕੋ ਦੀਆ ਜੀ, ਸਰ ਸੈਕਟਰ 4 ਹਮਕੋ, ਸੈਕਟਰ 4 5 6 ਮੈਂ ਜਾ ਸਕਦੇ ਹਾਂ ਜੀ। ਤਿੰਨ ਸੈਕਟਰ ਮੈਂ ਅਲਾਊ ਹੈ, ਬਸ ਹਮਾਰੇ ਸਾਥ ਸਾਥ ਰਹੇਗੀ। ਅੱਛਾ, ਬਸ ਮੇਰੇ ਡਰਾਈਵਰ ਰਹੇਗੇ, ਡਰਾਈਵਰ ਸਾਹਿਬ ਰਹੇ, ਕੰਡਕਟਰ ਸਾਹਿਬ ਰਹੇਗੇ, ਦੋ ਵਰਕਰ ਹੋਰ ਰਹੇਗੇ ਇਸ ਲਈ। ਹਾਂ, ਪੈਕਿੰਗ ਕਰੇਗੀ ਸਬਜ਼ੀ, ਉਹ ਪੈਕਿੰਗ ਕਸਟਮਰ ਤੱਕ ਪਹੁੰਚਾ ਕੇ ਆਏਗੀ। ਅੱਛਾ, ਹਮਕੋ ਬਸ ਮੈਂ ਉਤਰਨਾ ਨਹੀਂ ਹੈ, ਕਸਟਮਰ ਕੋ ਆਪਣੇ ਆਪ ਸਰਕਾਰੀ ਬੰਦੇ ਹੀ ਲੈ ਕੇ ਆਏਗੇ। ਅੱਛਾ, ਬਕਾਇਆ ਬੈਲੈਂਸ ਵੀ ਉਹੀ ਲੈ ਕੇ ਆਤੇ ਹੈ। ਠੀਕ ਹੈ, ਤੁਸੀਂ ਬੱਸ 'ਚ ਬੈਠੇ ਰਹੇ? ਅਸੀਂ ਬੱਸ 'ਤੇ ਬੈਠੇ ਰਹਿੰਦੇ ਹਾਂ, ਬਾਕੀ ਆਪਣਾ ਮਾਲ ਪੈਕਿੰਗ ਕਰਦੇ ਰਹਿੰਦੇ ਹਾਂ। ਅੱਛਾ, ਜਿੱਦਾਂ ਚਾਹੀਏ ਸਾਡੀ, ਜਿੱਦਾਂ ਚਾਹੀਏ ਆਪਸ 'ਤੇ, ਆਧਾ ਕਿਲੋ ਕਿਲੋ ਪਾਈਆ ਗਾਹਕ ਜਿੱਦਾਂ ਚਾਹੀਏ ਉਸ ਹਿਸਾਬ ਤੋਂ ਪੈਕਿੰਗ ਕਰਕੇ ਰੱਖਦੇ ਹਾਂ। ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਸੀਂ ਵਿੱਚੋਂ ਕੁਝ ਦਿੰਦੇ ਕਿ ਸਾਰੇ ਪੈਸੇ ਤੁਹਾਡੇ ਹੀ ਹੁੰਦੇ ਆ? ਨਹੀਂ ਸਰ, ਸਰਕਾਰ ਵਾਈ ਤੋਂ ਇਹ ਬੱਸ ਜੁੜਦਾ ਆਪਕੋ ਦੇ ਰਹੀ, ਕੋਈ ਮੁਸ਼ਕਿਲ ਕੋਈ ਉਮੀਦ ਮੋ ਨਹੀਂ ਹੈ। ਤੁਸੀਂ ਤੁਹਾਡੀ ਆਪਣੀ ਸਬਜ਼ੀ ਹੈ ਅਤੇ ਤੁਸੀਂ ਆਪ ਪੈਸੇ ਵੀ ਆਪਣੇ ਆਪ ਹੀ ਰੱਖਦੇ ਹੋ, ਪ੍ਰਸ਼ਾਸਨ ਕੋਲ ਨਹੀਂ ਜਾਂਦੇ? ਨਹੀਂ ਜੀ। ਅੱਛਾ, ਤੁਹਾਡੇ ਕੋਲ ਹੀ ਰਹਿੰਦੇ? ਹਾਂ ਜੀ। ਅੱਛਾ, ਸਾਡੇ ਨਾਲ ਇੱਥੇ ਬੱਸ ਦੇ ਡਰਾਈਵਰ ਵੀ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਦੱਸੋ ਆਪਣਾ ਨਾਮ ਕੀ ਹੈ, ਕਿਸ ਤਰੀਕੇ ਨਾਲ ਤੁਸੀਂ ਅੱਗੇ ਆਓ ਤਾਂ ਕਿ ਆਵਾਜ਼ ਆ ਸਕੇ। ਮੇਰਾ ਨਾਮ ਪ੍ਰਦੀਪ ਕੁਮਾਰ, ਡਿਪੋ ਨੰਬਰ 1, ਡਰਾਈਵਰ ਨੰਬਰ 336। ਹਮਕੋ ਸੁਬਹ 6 ਵਜੇ ਸੇ ਹਮਕੋ ਡਿਊਟੀ ਕਾਲ ਆਇਆ, ਅਭੀ ਆਪਕੋ ਗਾੜੀ ਲੈ ਕੇ ਹਰ ਇੱਕ ਸੈਕਟਰ ਮੇ ਸਬਜ਼ੀ ਸਪਲਾਈ ਕਰਨੀ ਹੈ ਜੀ। ਅੱਛਾ, ਤੋ ਹਮ ਸੁਬਹ ਸੇ ਅਭੀ ਜਬ ਤੱਕ ਸਭੀ ਕੀ ਯਾਨੀ ਉਹ ਪੂਰੀ ਨਹੀਂ ਹੋਏਗੀ, ਸਭੀ ਕੋ ਸਬਜ਼ੀ ਨਹੀਂ ਮਿਲੇਗੀ, ਚਾਹੇ ਕਿਤਨਾ ਵੀ ਟਾਈਮ ਹੋ ਜਾਏ ਰਾਤ ਤੱਕ, ਹਮ ਮੈਂ ਇੱਕ ਵਾਰੀ ਤੁਹਾਨੂੰ ਕਹੂੰਗਾ ਕਿ ਇੱਧਰ ਆ ਜਾ ਤਾਂ ਕਿ ਪ੍ਰੋਪਰ ਤੁਹਾਡੇ ਫੇਸ ਦੇਖ ਸਕਣ। ਲਾਈਟ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਆ ਉਸ ਸਾਈਡ। ਤਾਂ ਹੁਣ ਤੁਸੀਂ ਦੱਸੋ ਕਿ ਤੁਸੀਂ ਕਿੰਨਾ ਕੁ ਜੋ ਟਾਈਮ ਸਪੈਂਡ ਕਰਦੇ ਹੋ, ਕਿੰਨੇ ਘੰਟਿਆਂ ਦੀ ਤੁਹਾਡੀ ਡਿਊਟੀ ਹੁੰਦੀ ਹੈ? ਡਿਊਟੀ ਸਰ ਹਮਾਰੀ 8 ਘੰਟੇ ਕੀ ਹੋਤੀ ਹੈ, ਜਬ ਤੱਕ ਸਭੀ ਕੋ ਸਬਜ਼ੀ ਨਹੀਂ ਮਿਲੇਗੀ, ਜਬ ਤੱਕ ਹਮ ਆਪਣੀ ਡਿਊਟੀ ਪੂਰੀ ਕਰੇਂਗੇ। ਸਵੇਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ? ਸੁਬਹ 6 ਵਜੇ ਆਏ, 5 ਵਜੇ ਆਏ ਤੇ 6 ਵਜੇ ਹਮਾਰੀ ਡਿਊਟੀ ਸ਼ੁਰੂ ਹੋਈ, 6 ਵਜੇ ਗਾਡੀ ਨਿਕਾਲ ਕੇ ਆ ਗਏ। ਉਸਕੇ ਬਾਅਦ ਹਮਾਰੀ ਵੈਸੇ ਤਾਂ 8 ਘੰਟੇ ਕੀ ਡਿਊਟੀ ਹੋਤੀ ਸਰ। ਹਾਂ, ਸਾਡੇ ਨਾਲ ਹੋਰ ਵੀ ਡਰਾਈਵਰ ਹੈ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਤੁਸੀਂ ਦੱਸੋ ਤੁਹਾਡੀ ਕਿੱਥੇ ਕਿੱਥੇ ਕਿਵੇਂ ਕਿਵੇਂ ਡਿਊਟੀ ਰਹਿੰਦੀ ਹੈ, ਪੂਰੇ ਦਿਨ ਦਾ ਸ਼ਡਿਊਲ? ਜੀ, ਪੂਰੇ ਦਿਨ ਦਾ ਹੀ ਹੈ। ਅਬ ਸੁਬਹ ਹਮ 6 ਵਜੇ ਗਾਡੀ ਲੈ ਕੇ ਆ ਗਏ ਥੇ, ਔਰ ਯਹਾਂ ਜੋ ਵੀ ਗਾਇਕ ਰਹੇ ਸਬਜ਼ੀ ਜਿਸ ਸੈਕਟਰ ਮੈਂ ਸਪਲਾਈ ਕਰਨੀ ਹੈ ਉਹ ਸੈਕਟਰ ਪੂਰਾ ਕਵਰ ਕਰਕੇ ਆਉਣਾ, ਫਿਰ ਦੂਜੇ ਮਿਲਣਾ। ਅੱਛਾ, ਪੂਰੇ ਕਿੰਨੀਆਂ ਕੁ ਬੱਸਾਂ ਹੈਗੀਆਂ ਜੋ ਲੱਗੀਆਂ ਹੋਈਆਂ? ਬੱਸਾਂ ਜੀ ਅੱਜ 200 ਬੱਸੇ, 200 ਬੱਸਾਂ ਲੱਗੀਆਂ ਅੱਜ ਸਾਰਾ ਦਿਨ ਜੋ ਸਪਲਾਈ ਚੰਡੀਗੜ੍ਹ ਸਾਹਿਬ। ਕੋਈ ਕਿਸੇ ਤਰ੍ਹਾਂ ਦੀ ਕੰਪਲੇਂਟ ਤਾਂ ਨਹੀਂ ਆ ਰਹੀ ਵੀ ਅਸੀਂ ਪਹੁੰਚੇ ਕਿਸੇ ਤਰ੍ਹਾਂ? ਨਹੀਂ ਜੀ, ਕੰਪਲੇਂਟ ਨਹੀਂ ਆ ਰਹੀ, ਕੁਛ ਡਿਮਾਂਡ ਆ ਰਹੀ ਹੈ ਬਈ ਇੱਧਰ ਜੈਸੇ ਏ ਬੀ ਡੀ ਮੈਂ ਡਗਰ ਗਏ ਤਾਂ ਸੀ ਕੀ ਡਿਮਾਂਡ ਆ ਰਹੀ ਹੈ ਵੀ ਕਬ ਆਓਗੇ ਆਪ ਸੀ ਜਾ ਰਹੇ। ਅੱਛਾ, ਤੁਹਾਡੇ ਨੰਬਰ ਵੀ ਡਿਸਟ੍ਰੀਬਿਊਟ ਕੀਤੇ ਗਏ ਆ ਵੀ ਇਸ ਇਹ ਸੈਕਟਰ ਦੇ ਵਿੱਚ ਆਹ ਡਰਾਈਵਰ ਆਏਗਾ? ਹਾਂਜੀ, ਗੱਡੀ ਨੰਬਰ ਹਰ ਸੈਕਟਰ ਮੈਂ ਪੂਰੇ ਚੰਡੀਗੜ੍ਹ ਕੇ ਅੰਦਰ ਸਰ ਕਮ ਸੇ ਕਮ ਇੱਕ ਸੈਕਟਰ ਕੇ ਅੰਦਰ ਜੈਸੇ ਡੀ ਹੈ ਸੀ ਹੈ, 5-5-6-6 ਗੱਡੀਆਂ ਹਮਾਰੇ ਸੀ ਟੀ ਓ ਕੀ ਤਰਫ ਸੇ ਦੀ ਗਈ ਹੈ। ਅੱਛਾ, ਚੰਡੀਗੜ੍ਹ ਕੇ ਹਰ ਸੈਕਟਰ ਉਨਮੇ ਹਰ ਤਰ੍ਹਾਂ ਦੀ ਸਬਜ਼ੀ ਹੋਤੀ ਹੈ ਜੀ, ਫਰੂਟ ਹੋਤਾ ਹੈ। ਔਰ ਰੇਟ ਕਿਸ ਤਰੀਕੇ ਨਾਲ ਆਇਆ? ਰੇਟ ਤਾਂ ਸਰ ਆਮ ਰੇਟ ਹੁੰਦੇ ਆ, ਮੈਂ ਇਹਨਾਂ ਨੂੰ ਸੇਲਰ ਜਿਹੜੇ ਹੈਗੇ ਨੇ ਵੈਂਡਰ ਇਹਨਾਂ ਕੁਝ ਰੇਟ ਕਿ ਆਮ ਰੇਟ ਆ ਜਾਂ ਜੈਸੇ ਪਰਚੂਨ ਦਾ ਕੰਮ ਮੰਡੀ ਤੇ ਹੈ ਉਹੀ ਰੇਟ ਹੈ ਸਰ। ਆਲੂ ਕੀ ਰੇਟ ਹੈ? ਆਲੂ ਸਰ ਸਾਨੂੰ ਪਿੱਛੇ ਤਾਂ 35-36 ਹਾਰਾ 40 ਵੇਚ ਰਹੇ ਜੀ। ਔਰ ਪਿਆਜ਼?
प्याज सानू सही आ रहा पीछे 35-40 बेच रहे वो भी। अच्छा फूल गोभी सब्जियां भी रेट फूल गोभी ऐसा हमको मिल रही जी 40-42 रुपए किलो बीच आर्द भी लगती है नाल तो उन्हें भी 50 रुपए किलो बेच रहे हम। अच्छा टमाटर 1200 का क्रेट आता है क्रेट दे रहे हैं इस समय तो हम उसको बेच रहे हैं लगभग 50-55 बढ़ जाता है तो 50-60 के रेंज में हम बेचते हैं। अच्छा हाँ जी सर बाकी गाड़ी जो आ भी रही है पीछे रुकी हुई है बाकी वो सड़ी हुई है टमाटर पीछे सड़ गए सारी गल गए सारे आगे पीछे माल नहीं आ रहा जी पीछे लहसुन की रेट है लहसुन तो 120 रुपए किलो है हम बेच रहे 35 रुपए पाइया 140 रुपए किलो जी। अच्छा तो एक बार मैं दीपक नू कह दूंगा जो नवे साडे नाल जो देखण वाले जुड़े ने दैनिक सवेरा चंडीगढ़ पेज के उत्ते जो नवे व्यूवर जुड़े हुए ने उन्होंने दस देना कि मैं एक बार तस्वीर दिखा देना कि चंडीगढ़ सैक्टर 26 की ग्रेन मार्केट है सब्जी मार्केट वजदी है होलसेल मार्केट है 200 बसा अच्छ दसिया जा रहा कि 200 बसा अच्छ लगिया हुई ने पूरे चंडीगढ़ के डिस्ट्रीब्यूशन सब्जी का चल रहा एक बार फिर मैं दीपक नू कहूँगा कि उन्होंने गल करिए आप इतने ड्राइवर भी साढ़े नाल ने बस के ਕਿੰਨੇ ਕੁ ਦਿਨਾਂ ਤੱਕ ਇਹ ਪ੍ਰੋਸੈਸ ਪੂਰਾ ਚੱਲ ਰਿਹਾ ਸਰ ਜਦ ਤੱਕ ਇਹ ਕਰਫਿਊ ਖਤਮ ਨਹੀਂ ਹੁੰਦਾ ਜੀ 4400 ਧਾਰਾ ਖਤਮ ਨਹੀਂ ਹੁੰਦੀ ਜਦ ਤੱਕ ਇਹ ਦਿੱਕਤ ਹੈ ਸਰ ਦਿੱਕਤ ਹੋ ਵੀ ਪੜ ਰਹੀ ਸਰ ਕਿ ਮਾਲ ਨਹੀਂ ਮੇਰਾ ਪਿੱਛੇ ਯਹਾਂ ਪੂਰਾ ਨਹੀਂ ਹੋ ਰਹਾ ਪ੍ਰਸ਼ਾਸਨ ਕਹਤੀ ਹੈ ਕਿ ਹਮਨੇ ਰੇਟ ਲਗਾ ਦਿਆ ਜੀ ਆਪਨੇ ਆਲੂ 25 ਰੁਪਏ ਵੇਚਣਾ ਹੈ ਟਮਾਟਰ 20 ਰੁਪਏ ਵੇਚਣਾ ਹੈ ਸਾਨੂੰ ਪਿੱਛੇ ਹੀ 55 ਰੁਪਏ ਟਮਾਟਰ ਪੈਣਾ ਤਾਂ ਹਮ 20 ਕੈਸੇ ਵੇਚ ਦੇਂਗੇ ਸਰ ਅੱਛਾ 20 ਰੁਪਏ ਗ੍ਰੇਵੀ ਵੀ ਨਿਕਲਣਾ ਜੀ ਸਾਡਾ ਗਲਾ ਨਿਕਲਣਾ 20 ਰੁਪਏ ਥੋੜ੍ਹੇ ਬਹੁਤ ਹੋਰ ਵੀ ਦਬੇ ਹੋਏ ਨਿਕਲਣੇ ਸਭ ਕਾਰਡ ਕੀ ਰੇਂਜ ਬਣਦਾ ਸਰ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਤੁਸੀਂ ਪਹੁੰਚੋਗੇ ਲੋਕ ਬਹੁਤ ਇੰਤਜ਼ਾਰ ਕਰ ਰਹੇ ਹੋਣਗੇ ਮੈਂ ਇਹਨਾਂ ਦਾ ਜ਼ਿਆਦਾ ਸਮਾਂ ਨਹੀਂ ਲੈਣਾ ਲਊਂਗਾ ਕਿਉਂਕਿ ਲੋਕ ਬਹੁਤ ਇੰਤਜ਼ਾਰ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਅਲੱਗ ਅਲੱਗ ਸੈਕਟਰਾਂ ਦੇ ਵਿੱਚ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਸਬਜ਼ੀਆਂ ਸਾਡੇ ਸੈਕਟਰਾਂ ਦੇ ਵਿੱਚ ਆਊਗੀ ਦੁੱਧ ਆਉਣਗੇ ਤਾਂ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਦੇਣਾ ਹਾਲਾਂਕਿ ਪੁਲਿਸ ਇੱਥੇ ਲਗਾਤਾਰ ਪਹੁੰਚੀ ਹੋਈ ਆ ਕਿਉਂਕਿ ਮੈਂਟੇਨ ਕਰਨਾ ਲਾਅ ਐਂਡ ਆਰਡਰ ਜ਼ਰੂਰੀ ਆ ਮੈਂ ਹੋਰ ਵੀ ਤਸਵੀਰਾਂ ਦਿਖਾ ਦਿਆਂ ਇਹ ਬੜੀ ਵੱਡੀ ਜਿਹੜੀ ਸਬਜ਼ੀ ਮੰਡੀ ਹੈਗੀ ਆ ਚੰਡੀਗੜ੍ਹ ਸੈਕਟਰ 26 ਦੀ ਮੰਡੀ ਆ ਤਾਂ ਤੁਸੀਂ ਇਸ ਤਸਵੀਰਾਂ ਦੇਖ ਸਕਦੇ ਹੋ ਇਸ ਸਬਜ਼ੀ ਮੰਡੀ ਦੇ ਵਿੱਚ ਕਿਸ ਤਰੀਕੇ ਨਾਲ ਹੋਲਸੇਲ ਦਾ ਹੁੰਦਾ ਹੈ ਸਾਰਾ ਜਿਹੜਾ ਇਹ ਪੂਰਾ ਸਬਜ਼ੀ ਮੰਡੀ ਮਿਲਦੀ ਹੈ ਦੇ ਵਿੱਚ ਸਬਜ਼ੀ ਮਿਲਦੀ ਹੈ ਹੋਲਸੇਲ ਰੇਟਾਂ 'ਤੇ ਮਿਲਦੀ ਆ ਤਾਂ ਇਹ ਬਹੁਤ ਵੱਡੀ ਸਬਜ਼ੀ ਮੰਡੀ ਹੈ ਜਿੱਥੋਂ ਕਿ ਸਾਰੇ ਚੰਡੀਗੜ੍ਹ ਮੋਹਾਲੀ ਜ਼ੀਰਕਪੁਰ ਖਰੜ ਇਸ ਤੋਂ ਇਲਾਵਾ ਪੰਚਕੂਲਾ ਤੱਕ ਸਬਜ਼ੀਆਂ ਇੱਥੇ ਜਾਂਦੀਆਂ ਇੱਥੋਂ ਤਾਂ ਦੇਖੋ ਤੁਸੀਂ ਕਿੰਨੇ ਜ਼ਿਆਦਾ ਲਸਣ ਵਗੈਰਾ ਇੱਥੇ ਪਿਆ ਹੈਗਾ ਗੱਟਿਆਂ ਦੇ ਗੱਟੇ ਢੇਰ ਦੇ ਢੇਰ ਇੱਥੇ ਆਲੂ ਪਿਆਜ਼ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਤਾਂ ਇਹ ਹੈ ਚੰਡੀਗੜ੍ਹ ਸੈਕਟਰ 26 ਜਿੱਥੇ ਕਿ ਅੱਜ ਲਗਾਤਾਰ ਇਹ ਐਕਸਰਸਾਈਜ਼ ਚੱਲਦੀ ਹੈ ਕਿ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਪਹੁੰਚਾਈਆਂ ਜਾਣ ਹਾਲਾਂਕਿ ਪੰਜਾਬ ਇਸ ਤੋਂ ਬਹੁਤ ਕੁਝ ਸਿੱਖ ਸਕਦਾ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਨਾਲ ਬੱਸਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਛੋਟੀਆਂ ਗੱਡੀਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਜਿਹਦੇ ਨਾਲ ਕਿ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਪਹੁੰਚਾਈਆਂ ਜਾ ਸਕਦੀਆਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਦੁੱਧ ਪਹੁੰਚਾਇਆ ਜਾ ਸਕਦਾ ਹੈ ਪੰਜਾਬ ਸਰਕਾਰ ਵੀ ਇੱਕ ਅੱਛਾ ਇਨੀਸ਼ੀਏਟਿਵ ਲੈ ਸਕਦੀ ਹੈ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਰ ਵਾਰ ਤੁਹਾਨੂੰ ਕੋਰੋਨਾ ਵਾਇਰਸ ਨੂੰ ਨਾਲ ਜੁੜੀ ਹੋਈ ਹਰ ਅਪਡੇਟ ਤੁਹਾਨੂੰ ਇਸ ਪੇਜ ਤੇ ਮਿਲੇਗੀ ਕੈਮਰਾਮੈਨ ਦੀਪਕ ਜਨਾਰ ਅਰਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94648 84374 94648